ਆ ਦੋਸਤੋ, ਜਦ ਤੋਂ ਪੰਜਾਬ ਵਿੱਚ ਕਾਂਗਰਸ ਸਰਕਾਰ ਆਈ ਹੈ, ਅਕਾਲੀ ਦਲ ਨੂੰ ਕਿਸੇ ਨਾ ਕਿਸੇ ਕਾਰਨ ਨੂੰ ਲੈ ਕੇ ਧਰਨੇ ਲਗਾਏ ਜਾ ਰਹੇ ਹਨ, ਜਿਸ ਦੇ ਤਹਿਤ ਹੀ ਗਿੱਦੜਵਾ ਦੇ ਹਲਕਾ ਚਾਹ ਹਰਦੀਪ ਸਿੰਘ ਡੇਬੀ ਦੀ ਅਗਵਾਈ ਵਿੱਚ ਸੈਂਕੜੇ ਅਕਾਲੀ ਵਰਕਰਾਂ ਦੇ ਨਾਲ ਥਾਣਾ ਕੋਟ ਪਾਈ ਅੱਗੇ ਧਰਨਾ ਲਗਾਇਆ ਗਿਆ। ਅਕਾਲੀ ਦਲ ਵੱਲੋਂ ਇਹ ਧਰਨਾ ਕਾਂਗਰਸੀਆਂ ਦੀ ਧੱਕੇਸ਼ਾਹੀ ਵਿਰੁੱਧ ਲਗਾਇਆ ਗਿਆ ਸੀ। ਦੂਜੇ ਪਾਸੇ ਅਕਾਲੀਆਂ ਦੀ ਗਿੱਦੜਵਾ ਪੁਲਿਸ ਨਾਲ ਬਹੁਤ ਬਹਿਸ ਹੋਈ। ਪੁਲਿਸ ਉੱਪਰ ਅਕਾਲੀ ਵਰਕਰਾਂ ਤੇ ਪੁੱਠੇ ਪਰਚੇ ਦਰਜ ਕਰਨ ਨੂੰ ਲੈ ਕੇ ਰੋਕ ਲਗਾਏ ਜਾ ਰਹੇ ਹਨ ਤੇ ਉਸ ਸਮੇਂ ਦੱਬ ਕੇ ਨਾਰੇਬਾਜ਼ੀ ਵੀ ਹੋਈ। ਸਰ, ਇਹਦੇ 'ਚ ਸਿੰਪਲ ਜੇ ਦੋ ਫਾਰਮੂਲੇ ਆ ਜੀ। ਮੈਂ SH ਉਹਨਾਂ ਗੱਲ ਕੀਤੀ ਸੀ, ਬੜੇ ਪਿਆਰ ਸਤਿਕਾਰ ਨਾਲ ਇਹਦੇ ਨਾਲ ਗੱਲ ਕੀਤੀ ਸੀ ਵੀ ਮੈਨੂੰ ਐਂ ਦੱਸ ਦਿਓ ਵੀ ਸਾਡਾ ਬੰਦਾ ਤੁਸੀਂ ਕਾਹਦੇ 'ਚ ਫੜ ਕੇ ਅੰਦਰ ਦਿੱਤਾ। ਕਹਿੰਦੇ ਜੀ ਇਹ ਨਜਾਇਜ਼ ਜ਼ਮੀਨ 'ਤੇ ਕਬਜ਼ਾ ਕਰਦੇ ਆ। ਮੈਂ ਕਿਹਾ ਜੀ ਸਾਡੇ ਕੋਲ ਸਟੇ ਹੈਗਾ, ਤੁਹਾਨੂੰ ਸਟੇ ਵਿਖਾਤਾ ਅਤੇ ਸਾਡਾ ਬੰਦਾ ਛੱਡ ਦਿਓ। ਇਹ ਜੀ ਥਾਣਾ ਛੱਡ ਕੇ ਇੱਥੋਂ ਗਾਇਬ ਹੋ ਗਏ। ਸਾਡੇ ਆਉਣ ਤੋਂ ਪਹਿਲਾਂ ਫੋਨ 'ਤੇ ਗੱਲ ਕੀਤੀ ਸੀ ਅਤੇ ਆਪਦੇ ਹੈੱਡ ਮੁੰਚੀ ਨੂੰ ਕਹਿ ਗਏ ਵੀ ਇਹ ਬੰਦਾ ਨਹੀਂ ਕਾਕਾ ਰਾਤ ਨੂੰ ਛੱਡਣਾ, ਚਾਹੇ ਕੋਈ ਆ ਜੇ। ਇੱਥੋਂ ਟੈਲੀਫੋਨ 'ਤੇ ਦੁਬਾਰੇ ਗੱਲ ਕੀਤੀ ਵੀ ਜਨਾਬ ਸਾਡੇ ਬੰਦੇ ਦਾ ਕਸੂਰ ਕੋਈ ਨਹੀਂ, ਬੰਦਾ ਛੱਡ ਦਿਓ। ਅੱਗੇ ਇਨਫੋਰਮੇਸ਼ਨ ਇਹੀ ਸਾਡੇ ਕੋਲ ਜੋ ਗੱਲ ਉੱਡਦੀ ਆਈ ਹੈ ਵੀ ਇਹਨੂੰ ਧੱਕੇ ਨਾਲ ਇਸ ਬੰਦੇ 'ਤੇ 307 ਦਾ ਪਰਚਾ ਦੇ ਕੇ ਇਹਨੂੰ ਅੰਦਰ ਦੇਣਾ, ਅੰਦਰ ਦੇ ਕੇ ਉਦੋਂ ਬਾਅਦ ਇਸ ਤੋਂ ਉਹਨਾਂ ਬੰਦਿਆਂ ਨੂੰ ਜਿਹੜੇ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦੇ ਆ, ਇਹਨਾਂ ਦੇ MLA ਦਾ ਪ੍ਰੈਸ਼ਰ ਆ ਵੀ ਆਪਾਂ ਰਾਹ ਦਵਾਵਾਂਗੇ ਇਹਨਾਂ ਦੇ ਰਾਹ ਦੇ ਵਿੱਚ ਦੀ, ਮਤਲਬ ਕਿ ਜਿੱਥੋਂ ਜਿਹੜੀ ਇਹਨਾਂ ਦੀ ਜ਼ਮੀਨ ਆ ਉਹਦੇ ਵਿੱਚ ਦੀ। ਹੁਣ ਤੁਸੀਂ ਇਹ ਦੇਖ ਲਓ ਵੀ ਸਿੰਪਲ ਜੀ ਮੇਰਾ ਇੱਕੋ ਹੀ ਗੱਲ ਹੈ ਇਹਨਾਂ ਨੂੰ, ਸਾਰੇ ਪ੍ਰਸ਼ਾਸਨ ਨੂੰ, ਪੰਜਾਬ ਸਰਕਾਰ ਨੂੰ, ਜੇ ਇਹ ਕੋਰਟ ਦਾ ਆਰਡਰ ਨਹੀਂ ਮੰਨਦੇ, ਜਿਹਨੂੰ ਕਿ ਸਾਰਾ ਹਿੰਦੁਸਤਾਨ ਮੰਨਦਾ, ਅਸੀਂ ਇਹਨਾਂ ਨੂੰ ਥਾਣਾ ਹੀ ਨਹੀਂ ਮੰਨਦੇ, ਅਸੀਂ ਇਹਨਾਂ ਨੂੰ ਥਾਣੇਦਾਰ ਨਹੀਂ ਮੰਨਦੇ, ਨਾ ਅਸੀਂ ਇਹਨਾਂ ਨੂੰ ਪੁਲਿਸ ਮੰਨੀਏ। ਜਿੰਨਾ ਚਿਰ ਸਾਡਾ ਬੰਦਾ ਬਾਇੱਜ਼ਤ ਇਹ ਬਰੀ ਨਹੀਂ ਕਰਕੇ ਬਾਹਰ ਭੇਜਦੇ ਔਰ ਆਪਦੇ ਸਾਰੀਆਂ ਐਪਲੀਕੇਸ਼ਨਸ ਵਾਪਸ ਨਹੀਂ ਕਰਦੇ, ਇਹਨੂੰ ਸਾਰਾ ਪਤਾ ਆਪਣੇ SHO ਨੂੰ ਵੀ ਕੀ ਹੋ ਰਿਹਾ ਰੋਜ਼, ਹਰ ਡੰਗ ਦਿਹਾੜੀ ਦਾ ਇਹਦਾ ਕੰਮ ਇਹੀ ਆ ਵੀ ਕਿਵੇਂ ਨਾ ਕਿਵੇਂ ਕੋਈ ਨਾ ਕੋਈ ਅਕਾਲੀ ਦਲ ਦਾ ਫੜ ਕੇ ਇਹ ਬੰਦਾ ਅੰਦਰ ਦਿੰਦਾ ਔਰ ਪੈਸਿਆਂ ਦੀ ਇਹਨੇ ਇੱਥੇ ਧੜੀ ਲਾ ਰੱਖੀ ਆ, ਇੰਨੇ ਇਕੱਠੇ ਕਰ ਰਿਹਾ। ਇਹ ਇਕੱਲਾ ਮੈਂ ਨਹੀਂ ਕਹਿ ਰਿਹਾ, ਜਿਹਤੋਂ ਮਰਜ਼ੀ ਤੁਸੀਂ ਪੁੱਛ ਲਓ, ਔਰ ਇੰਨੀ ਇਹਨੇ ਗੁੰਡਾਗਰਦੀ ਇੱਥੇ ਮਚਾਈ ਵੀ ਆ। ਕੋਈ ਕੋਈ ਪ੍ਰਸ਼ਾਸਨ ਨਾ ਦੀ, ਕੋਈ ਕਾਨੂੰਨ ਨਾ ਦੀ, ਕੋਈ ਚੀਜ਼ ਨਹੀਂ। ਪ੍ਰੇਮੀਆਂ ਦਾ ਪੰਗਾ, ਕਰੋੜਾਂ ਰੁਪਇਆ ਉਦੋਂ ਇਕੱਠਾ ਕੀਤਾ ਇਹਨੇ, ਔਰ ਇਹ ਗੱਲ ਜਨਤਕ ਆ ਜੀ, ਕੋਈ ਮੈਂ ਇਕੱਲਾ ਨਹੀਂ ਕਹਿ ਰਿਹਾ, ਇਹਨੇ ਤਾਂ ਕੰਮ ਹੀ ਇਹ ਫੜਿਆ ਹੋਇਆ। ਔਰ ਮੈਨੂੰ ਤਾਂ ਇਹ ਲੱਗਦਾ ਵੀ ਹੋ ਸਕਦਾ ਵਿੱਚ MLA ਨਾਲ ਵੀ ਇਹਦੀ CTVT ਰਲੀ ਹੋਵੇ, ਕੋਈ ਮਾੜਾ ਮੋਟਾ ਦੁੱਧ ਸਵਾ ਉੱਧਰ ਵੀ ਚੱਲਦਾ ਹੋਵੇ, ਜਿਹੜੇ ਹਿਸਾਬ ਨਾਲ ਇਹਨੇ ਕੰਮ ਕੀਤਾ। ਤੁਸੀਂ ਦੇਖ ਹੀ ਲਓ ਜੀ ਵੀ ਕੀ ਮੈਂ ਤੋੜਤਾ ਤੇ ਕੀ ਭੰਨਤਾ। ਹਾਂ, ਇਹਨੂੰ ਅਸੀਂ ਥਾਣੇਦਾਰ ਨਹੀਂ ਮੰਨਦੇ, ਇਹ ਮੈਂ ਤੁਹਾਨੂੰ ਅੱਜ ਵੀ ਕਹਿੰਦਾ, ਕਿਉਂਕਿ ਇਹ ਜਿੰਨਾ ਚਿਰ ਇਹ ਕੋਰਟ ਦੇ ਕਾਨੂੰਨ ਨੂੰ ਨਹੀਂ ਮੰਨਦਾ, ਅਸੀਂ ਇਹਨੂੰ ਥਾਣੇਦਾਰ ਨਹੀਂ ਮੰਨਦੇ। ਮੇਰਾ ਨਾਂ ਹੈ ਸੁੱਚਾ ਸਿੰਘ। ਕੀ ਗੱਲ ਹੋਈ ਜਿਹੜਾ ਧਰਨਾ ਲਗਾਇਆ? ਇਹ ਧਰਨਾ ਅਸੀਂ ਇਸ ਗੱਲ ਦੇ ਖਿਲਾਫ ਲਗਾਇਆ ਜੀ, ਮੇਰੇ ਭਰਾ ਨੂੰ ਇਹਨਾਂ ਨੇ ਨਜਾਇਜ਼ ਹਿਰਾਸਤ 'ਚ ਰੱਖਿਆ ਜੀ, ਸੁਬਹਾ 12-1 ਵਜੇ ਦੇ ਤਕਰੀਬਨ ਤੋਂ। ਸਾਡੇ ਕੋਲ ਅਦਾਲਤ ਦਾ ਸਟੇ ਸੀ, ਸਾਡੀ ਜੱਦੀ ਜ਼ਮੀਨ ਆ, ਸਾਡਾ ਜਿਹੜਾ ਆਬਾਦੀ ਦਾ ਥਾਂ ਦੋ ਕਨਾਲਾਂ, ਉਹਦੇ ਕਿਸੇ ਵੀ ਪਾਸੇ ਰਾਹ ਨਹੀਂ ਲੱਗਦਾ, ਇੱਕ ਪਾਸੇ ਸਕੂਲ ਆ, ਇੱਕ ਪਾਸੇ ਪੰਡਤਾਂ ਦੀ ਆਬਾਦੀ ਦੀ ਜਗ੍ਹਾ, ਕੋਈ ਉੱਥੇ ਰਾਹ ਦੀ ਜਗ੍ਹਾ ਨਹੀਂ ਗੀ। ਇਹ BDPO ਅਤੇ ਸਾਡੇ ਕੋਠਿਆਂ ਦੇ ਦੋ ਕਾਂਗਰਸੀ ਉਮੀਦਵਾਰ ਆ, ਕਾਂਗਰਸ ਦੇ ਸਮਰਥਕ ਆ, ਉਹ ਮਤਲਬ ਧੱਕੇ ਨਾਲ ਉੱਥੇ ਰਾਹ ਬਣਾਉਣਾ ਚਾਹੁੰਦੇ ਸੀ। ਅਸੀਂ ਉਹਨਾਂ ਨੂੰ SHO ਦੀ ਸ਼ਹਿ 'ਤੇ, ਅਸੀਂ ਤਾਂ ਆਪਦੀ ਜਗ੍ਹਾ ਦੇ ਵਿੱਚ ਬੈਠੇ ਹਾਂ ਜੀ, ਇਹ ਉੱਥੇ ਸਾਡੇ 'ਤੇ ਨਜਾਇਜ਼ ਧੱਕਾ ਕਰਦੇ ਆ, ਨਜਾਇਜ਼ ਨਾਲ ਉਹਨੂੰ ਫੜ ਕੇ ਲਿਆਏ ਮੇਰੇ ਭਰਾ ਨੂੰ, ਉਹਨੂੰ ਕਹਿੰਦੇ ਵੀ ਸਾਈਨ ਕਰ ਇੱਥੇ, ਇਹ ਇੱਥੇ ਰਾਹ ਬਣਾਉਣਾ, ਨਹੀਂ ਤੇਰੇ 'ਤੇ ਨਜਾਇਜ਼ ਪਰਚਾ ਦੇਵਾਂਗੇ। ਉਹਨੂੰ ਹਿਰਾਸਤ 'ਚ ਰੱਖਿਆ,
ਜੇ ਅਸੀਂ ਆਪਦਾ ਲੋਕਤਾਂਤਰਿਕ ਅਧਿਕਾਰ ਦੀ ਵਰਤੋਂ ਕਰਦੇ ਹੋਏ ਇੱਥੇ ਅਸੀਂ ਧਰਨਾ ਦੇਣ ਆਏ ਹਾਂ ਤਾਂ ਹੁਣ ਸਾਨੂੰ ਕਹਿੰਦੇ ਆ ਵੀ ਤੁਹਾਡੇ 'ਤੇ ਅਸੀਂ ਸ਼ੀਸ਼ੇ ਭੰਨਣ ਦਾ ਵੀ ਇੱਕ ਪਰਚਾ ਦੇ ਦਿਆਂਗੇ। ਇਹ SHO ਕੋਟ ਭਾਈ ਨੇ ਕਿਹਾ ਜੀ, ਇੱਦੋਂ ਪਹਿਲਾਂ 15-20 ਦਿਨ SHO ਕੋਟ ਭਾਈ ਨੇ ਅਵਾਲੇਬਲ ਅਫੈਂਸ 'ਚ ਮੇਰੇ ਪਿਤਾ ਜੀ ਨੂੰ 157 ਦੇ ਵਿੱਚ 3 ਦਿਨ ਜੇਲ੍ਹ ਲਵਾਏ ਆ। ਇਹਨਾਂ ਦਾ ਹਰ ਦਿਨ ਦਾ ਕੰਮ ਆ ਜੀ, ਇਹ ਸਾਡੇ ਅਕਾਲੀ ਦਲ ਦੇ ਵਰਕਰਾਂ ਨੂੰ ਇੱਥੇ ਲਿਆਉਂਦੇ ਆ, ਫੜ ਕੇ ਧਮਕਾਉਂਦੇ ਆ, ਹਵਾਲਾ 'ਚ ਨਜਾਇਜ਼ ਹਿਰਾਸਤ 'ਚ ਰੱਖਦੇ ਆ ਇਹ। ਜੇ ਤਾਂ ਕੋਈ ਇਹਨਾਂ ਨੂੰ ਕੋਈ ਕਹਿੰਦਾ ਨਹੀਂ ਪੁੱਛਦਾ ਨਹੀਂ ਗਾ ਜੀ, ਇਹ ਜੇਲ੍ਹ ਭੇਜ ਦਿੰਦੇ ਆ ਜੀ। 157 'ਚ ਪਹਿਲਾਂ ਇਹਨਾਂ ਨੇ ਇੱਕ ਹੋਰ ਵੀ ਭੇਜਿਆ ਸੀ, ਇੱਕ ਉਹ ਇੱਥੇ SDM ਕੋਟ ਭਾਈ ਨੂੰ ਹਾਈ ਕੋਰਟ ਤੋਂ ਨੋਟਿਸ ਵੀ ਹੋਇਆ। ਇਹਨਾਂ ਨੇ ਵੀ SHO ਕੋਟ ਭਾਈ ਨੇ ਨਜਾਇਜ਼ ਕੰਮ ਬਹੁਤ ਕਰੇ ਆ ਜੀ ਪਹਿਲਾਂ। ਇਹਨਾਂ ਨੂੰ ਵੀ ਮਾਣਯੋਗ ਹਾਈ ਕੋਰਟ ਨੇ ਪਹਿਲਾਂ ਮਦੀਰ ਵਾਲੇ ਕੇਸ 'ਚ ਵੀ ਇਹਨਾਂ ਨੂੰ ਹਾਈ ਕੋਰਟ ਨੇ ਸੱਦਿਆ ਹੋਇਆ ਅਤੇ ਅਸੀਂ ਵੀ ਹਾਈ ਕੋਰਟ ਤੱਕ ਪਹੁੰਚ ਕਰਾਂਗੇ। ਸਾਡੀ ਮੰਗ ਇਹੀ ਆ ਵੀ ਮੇਰੇ ਭਰਾ ਨੂੰ ਹਿਰਾਸਤ 'ਚ ਛੱਡਿਆ ਜਾਵੇ, ਨਹੀਂ ਅਸੀਂ ਧਰਨਾ ਜਾਰੀ ਰੱਖਾਂਗੇ। ਸਾਡੀ ਜੱਦੀ ਜਗ੍ਹਾ ਜੀ, ਉਹਦੇ ਕੋਈ ਰਾਹ ਨਹੀਂ, ਉੱਥੇ ਉਹਦੀ ਨਿਸ਼ਾਨਦੇਹੀ ਹੋ ਜੇ, ਬੇਸ਼ੱਕ ਨਕਸ਼ੇ ਦੀ ਇਹ ਤਾਂ ਇੱਕ ਸਿੱਧਾ ਹੀ ਉਹ ਆ ਜੀ ਵੀ ਤੁਸੀਂ ਨਕਸ਼ੇ ਦੀ ਤਸਵੀਰ ਵੇਖ ਲਓ, ਨਕਸ਼ੇ ਦੇ ਉੱਤੇ ਦਿਖ ਜਾਂਦਾ ਵੀ ਰਾਹ ਹੋਏ ਕਿਤੇ, ਨਕਸ਼ੇ ਦੇ ਉੱਤੇ ਕੋਈ ਰਾਹ ਨਹੀਂ ਉੱਥੇ। ਇੱਕ ਪਾਸੇ ਇਹਦਾ, ਇੱਕ ਪਾਸੇ ਸਕੂਲ ਆ ਜੀ, ਕੋਈ ਉੱਥੇ ਰਾਹ ਨਹੀਂ, ਫਿਰ ਵੀ ਨਜਾਇਜ਼ ਹਿਰਾਸਤ ਦੇ ਵਿੱਚ ਮੇਰਾ ਭਰਾ ਆ ਜੀ, ਉਹਦੇ ਵਾਸਤੇ ਅਸੀਂ ਆਪਦੇ ਲੋਕਤਾਂਤਰਿਕ ਅਧਿਕਾਰ ਦਾ ਵਰਤੋਂ ਕਰਕੇ ਧਰਨਾ ਲਾ ਰਹੇ ਹਾਂ ਜੀ। ਹਾਈ ਕੋਰਟ ਦਾ ਸਟੇ, ਸਾਡੇ ਕੋਲ ਮਾਣਯੋਗ ਕੋਰਟ ਦਾ ਸਟੇ ਵੀ ਆ ਜੀ, ਸਟੇ ਆਰਡਰ ਆ ਸਾਡੇ ਕੋਲ, ਜਿਹਦੇ ਕਰਕੇ ਇਹ ਸਾਡੇ 'ਤੇ ਧੱਕਾ ਕਰ ਰਹੇ ਆ। ਸਾਡੇ ਕੋਲ ਸਟੇ ਆਰਡਰ ਵੀ ਹੈਗੇ ਆ ਜੀ, ਉਹ ਵੀ ਅਸੀਂ SHO ਸਾਹਿਬ ਨੂੰ ਵਿਖਾਏ ਸੀ, ਸਾਡੇ ਹੱਕ 'ਚ ਆ ਜੀ ਸਾਰੇ। ਹਾਂਜੀ ਹਾਂਜੀ ਸਾਡੇ ਕੋਲ ਹੈਗੇ ਆ ਜੀ, ਅਸੀਂ ਦਿਖਾ ਸਕਦੇ ਹਾਂ ਜੀ, ਬਾਅਦ 'ਚ ਤੁਹਾਨੂੰ ਉਹਦੀ ਕਾਪੀ ਦੇ ਦਿਆਂਗੇ। ਹਾਂ ਜੀ ਹੁਣ ਦੇ ਦਿੰਦੇ ਹਾਂ ਤੁਹਾਨੂੰ, ਅਸੀਂ ਕਾਪੀ ਦੇ ਦਿੰਦੇ ਹਾਂ, ਸਾਡੇ ਕੋਲ ਸਟੇ ਆਰਡਰ ਵੀ ਹੈਗੇ ਆ। ਉਹਨਾਂ ਕੋਲ ਰਾਹ ਦਾ ਕੋਈ ਵੀ ਰਾਹ ਦੀ ਦੇ ਦਿਓ ਸਾਨੂੰ, ਨਕਸ਼ੇ ਦੀ ਕਾਪੀ ਵੀ ਹੈ ਨਹੀਂ ਉਹਨਾਂ ਕੋਲ ਜੀ। ਮਾਮਲਾ ਇਹ ਹੈ ਜੀ, ਇੱਕ ਜਕੜੇ ਵਾਲੇ ਕੋਠਿਆਂ ਦਾ ਗਲੀ ਦਾ ਮਾਮਲਾ ਸੀਗਾ, ਅਤੇ ਜਿਹਦੇ ਵਿੱਚ ਯਾਦਵਿੰਦਰ ਸਿੰਘ ਅਤੇ ਰਾਜਵਿੰਦਰ ਸਿੰਘ ਦੋ ਚਾਚੇ ਤਾਇਆਂ ਦੇ ਬੇਟੇ ਆ, ਉਹ ਉਸ ਗਲੀ ਦੇ ਉੱਤੇ ਕਬਜ਼ਾ ਕਰ ਰਹੇ ਸੀ। ਅਤੇ ਅੱਜ ਛੁੱਟੀ ਹੋਣ ਕਰਕੇ ਵੀਡੀਓ ਸਾਹਿਬ ਮੌਕੇ 'ਤੇ ਨਹੀਂ ਜਾ ਸਕੇ, ਪਰ ਵੀਡੀਓ ਸਾਹਿਬ ਨਾਲ ਮੇਰੀ ਗੱਲ ਹੋਈ ਸੀ। ਉਹਨਾਂ ਨੇ ਕਿਹਾ ਵੀ ਇਹਨਾਂ ਦੋਨਾਂ ਪਾਰਟੀਆਂ ਨੂੰ ਮੈਂ ਵੀ ਸਮਝਾਇਆ ਅਤੇ ਤੁਸੀਂ ਵੀ ਸਮਝਾ ਦਿਓ, ਅੱਜ ਕੋਈ ਕਾਰਵਾਈ ਨਾ ਕਰਨ ਅਤੇ ਕੱਲ੍ਹ ਨੂੰ ਜੋ ਵੀ ਜਾਇਜ਼ ਹੋਇਆ ਉਹ ਕਰਵਾ ਦਿਆਂਗੇ। ਪਰ ਜਿਹੜੇ ਯਾਦਵਿੰਦਰ ਸਿੰਘ ਅਤੇ ਰਾਜਵਿੰਦਰ ਸਿੰਘ, ਇਹਨਾਂ ਨੇ ਸਕੂਲ ਦੀ ਕੰਧ ਤੋੜ ਕੇ ਉੱਥੇ ਟਰਾਲੀਆਂ ਨਾਲ ਮਿੱਟੀ ਪਾ ਕੇ ਕਬਜ਼ਾ ਕਰਨਾ ਸ਼ੁਰੂ ਕਰਤਾ। ਇਸ 'ਤੇ ਮੈਂ ਇਹ ਅਸੇ ਰਾਮ ਸਿੰਘ ਨੂੰ ਉੱਥੇ ਭੇਜਿਆ ਮੌਕੇ 'ਤੇ, ਉਹਨਾਂ ਦੋਨਾਂ ਪਾਰਟੀਆਂ ਨੂੰ ਬੁਲਾਇਆ, ਕਰੀਬ 6 ਵਜੇ ਦੋਨੇ ਪਾਰਟੀਆਂ ਮੇਰੇ ਕੋਲ ਆਈਆਂ। ਦੋਨਾਂ ਪਾਰਟੀਆਂ ਨੂੰ ਮੈਂ ਸਮਝਾਇਆ ਵੀ ਅੱਜ ਕੋਈ ਗੱਲਬਾਤ ਨਾ ਕਰੋ, ਪਰ ਯਾਰ ਜਿਹੜਾ ਯਾਦਵਿੰਦਰ ਸਿੰਘ ਇਹ ਕਹਿੰਦਾ ਵੀ ਮੇਰੇ ਬਜ਼ੁਰਗਾਂ ਦੀ ਸਾਡੀ ਸਾਂਝੀ ਛੱਡੀ ਹੋਈ ਜਗ੍ਹਾ, ਮੈਂ ਇਸ ਨੂੰ ਜਿਹੜੇ ਅਸੀਂ ਕਬਜ਼ਾ ਕਰਾਂਗੇ, ਇਸ ਨੂੰ ਨਹੀਂ ਛੱਡ ਸਕਦੇ। ਇਸ ਕਰਕੇ ਜਿੱਦਾਂ ਇਹਨੂੰ ਰੋਕਣ ਲਈ ਮੈਂ ਰੋਕੂ ਕਾਰਵਾਈ ਦੇ ਵਿੱਚ ਯਾਦਵਿੰਦਰ ਸਿੰਘ ਨੂੰ 107-151 ਤਹਿਤ ਬੰਦ ਕਰਤਾ ਸੀ, ਜਿਸ ਨੂੰ ਕੱਲ੍ਹ ਨੂੰ ਆਪਾਂ ਕੋਰਟ ਦੇ ਵਿੱਚ ਪੇਸ਼ ਕਰਕੇ ਉਹਨੂੰ ਬੇਲ ਆਊਟ ਕਰ ਦੇਣਾ ਸੀ। ਪਰ ਕਰੀਬ 7:45 ਹਰਦੀਪ ਸਿੰਘ ਡਿੰਪੀ ਢਿੱਲੋਂ ਹਾਰਿਆ ਹੋਇਆ MLA ਸ਼੍ਰੋਮਣੀ ਅਕਾਲੀ ਦਲ ਦੇ ਆਉਣ ਤੋਂ ਪਤਾ ਲੱਗਿਆ ਕਿ ਇਹਨਾਂ ਦਾ ਕੋਈ ਪਾਰਟੀਬਾਜ਼ੀ ਦਾ ਕੋਈ ਮਾਮਲਾ ਹੈ, ਕਿ ਯਾਦਵਿੰਦਰ ਸਿੰਘ ਵੀ ਅਕਾਲੀ ਦਲ ਦੀ ਪਾਰਟੀ ਨਾਲ ਸੰਬੰਧ ਰੱਖਦਾ ਹੈ, ਅਤੇ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਇਹਦੇ ਨਾਲ ਜਿਹੜੇ ਕਰੀਬ 150 ਇਹਦੇ ਹੋਰ ਵਰਕਰ ਨਾਲ ਸੀਗੇ, ਜਿਹੜੇ ਕਿ ਮੇਰੇ ਦਫ਼ਤਰ ਦੇ ਵਿੱਚ ਆਏ, ਮੇਰੇ ਦਫ਼ਤਰ ਦੇ ਵਿੱਚ ਆ ਕੇ ਮੇਰੇ ਨਾਲ ਬਦਸਲੂਕੀ ਕੀਤੀ ਔਰ ਮੁੱਕੀ ਮਾਰ ਕੇ ਜਿਹੜਾ ਮੇਰੇ ਟੇਬਲ ਦਾ ਵੱਡਾ ਸ਼ੀਸ਼ਾ ਜਿਹੜਾ ਉਹ ਤੋੜ ਦਿੱਤਾ, ਅਤੇ ਧੱਕੇ ਨਾਲ ਉਹਨੂੰ ਬੰਦੇ ਨੂੰ ਛਡਾਉਣ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਹੈ, ਅਤੇ ਹੁਣ ਇਹ ਜਿਹੜੇ ਹੈ ਧਰਨਾ ਲਾ ਕੇ ਬਾਹਰ ਦੇ ਵਿੱਚ ਬੈਠੇ ਹੋਏ ਆ, ਅਤੇ ਗਾਂ ਸੀਨੀਅਰ ਅਫਸਰ ਆ ਰਹੇ ਆ, ਜੋ ਉਹਨਾਂ ਦੀ ਕਾਰਵਾਈ ਉਹ ਕੀਤੀ ਜਾਊਗੀ। ਕੀ ਇਹਨਾਂ ਖਿਲਾਫ਼ ਵੀ ਧਰਨੇ ਦੀ ਜਿਹੜੇ ਕੋਈ ਮੁੱਕੀ ਮਾਰੀ ਜਾਂ ਤੁਹਾਡੇ ਨਾਲ ਬਕਸੂਰ ਕੀ ਉਹਦਾ ਕੋਈ ਮਾਮਲਾ ਦਰਜ ਕੀਤਾ ਗਿਆ ਜਾਂ ਕਿਸੇ? ਨਹੀਂ, ਉਹ ਮਾਮਲਾ ਜੇ ਵਿਚਾਰ ਹੀ ਨਹੀਂ ਕਰ ਰਹੇ ਹਾਂ ਜੀ, ਅਫਸਰ ਆਉਂਦੇ ਆ ਜੋ ਵੀ ਹੈ ਕਰਦੇ। ਉਹਨਾਂ ਕੋਲ ਕੋਈ ਸਟੇ ਆਰਡਰ ਵੀ ਸੀਗਾ ਕੋਈ? ਉਹ ਜਿਹੜਾ ਸਟੇ ਆਰਡਰ ਹੈ ਉਹ ਇਹ ਹੈ ਵੀ
ਜੋ ਵੀ ਹੈ ਜਿਸ ਤਰ੍ਹਾਂ ਦੀ ਵੀ ਸਥਿਤੀ ਹੈ ਉਸ ਜਗ੍ਹਾ ਦੇ ਵਿੱਚ ਝਗੜੇ ਵਾਲੀ ਜਗ੍ਹਾ ਦੇ ਵਿੱਚ ਉਸ ਨੂੰ ਉਸੇ ਤਰ੍ਹਾਂ ਹੀ ਰੱਖਿਆ ਜਾਵੇ, ਉਸ ਦੇ ਨਾਲ ਭੰਨ ਤੋੜ ਜਾਂ ਕੋਈ ਛੇੜਛਾੜ ਨਾ ਕੀਤੀ ਜਾਵੇ। ਇਹ ਜਿਹੜਾ ਆਰਡਰ ਹੈ ਕੋਰਟ ਦਾ ਹੈ, ਪਰ ਯਾਦਵਿੰਦਰ ਸਿੰਘ ਅਤੇ ਰਾਜਵਿੰਦਰ ਸਿੰਘ ਨੇ ਜਿਹੜੀ ਦੀਵਾਰ ਤੋੜ ਕੇ ਔਰ ਉਸ ਮਿੱਟੀ ਜਗ੍ਹਾ ਦੇ ਵਿੱਚ ਮਿੱਟੀ ਪਾ ਕੇ ਕੋਰਟ ਦੇ ਹੁਕਮ ਦੀ ਵੀ ਉਲੰਘਣਾ ਕੀਤੀ। ਦੂਜੇ ਪਾਸੇ ਹੁਣੇ ਹੁਣੇ ਇਹ ਵੀ ਖਬਰ ਮਿਲੀ ਹੈ, ਧਰਨਾ ਲਗਾਉਣ ਵਾਲੇ ਹਲਕਾ ਇੰਚਾਰਜ ਹਰਦੀਪ ਸਿੰਘ ਡੈਪੀ ਅਤੇ ਉਹਨਾਂ ਦੇ ਭਾਈ ਸ਼ਨੀ ਢਿੱਲੋਂ ਅਤੇ 16 ਹੋਰ ਵਰਕਰਾਂ ਉੱਪਰ ਸਰਕਾਰੀ ਕੰਮਾਂ ਵਿੱਚ ਵਿਘਨ ਪਾਉਣ ਨੂੰ ਲੈ ਕੇ ਪਰਚਾ ਵੀ ਦਰਜ ਕਰ ਦਿੱਤਾ ਗਿਆ ਹੈ।